पहल दी सीधी लोडिंग बंद करो। सत श्री अकाल दोस्तों, प्रोग्राम की हाल है मेरे शहर दा, तुहाड़ा बहुत बहुत स्वागत। अज 19 अप्रैल 2023 ते सवेर दे कोई 10:08-09 होए ने। बठिंडा दा गुरुद्वारा हाजी रतन साहब सारा नूं याद है, उस तो जदों आपां परले पासे नूं लाइना वाले पासे जाने आ तां उत्थे फूड कारपोरेशन ऑफ इंडिया दा इत्थे ऐ कह लो भी की कह सकदे आपां इहनां नूं गोदाम। यस ये गोदाम है ते ए सारे मेरे वीर जेड़े ने पल्लेदार ने अपड़ो पंजाब प्रदेश पल्लेदार मजदूर यूनियन बठिंडा इंटक रजिस्टर्ड 37 नंबर ए सारे जने बैठे ने। आई थिंक ए परले पासे क्योंकि इन्होंने बोर्ड लाया भी फोटोग्राफी वीडियोग्राफी की अनुमति नहीं है, वो परले पासे है। इधरले पासे सड़क ते सानू कोई प्रॉब्लम नहीं, इस करके असीं इधरले पासे ਗੱਲਾਂ ਬਾਤਾਂ ਇਹਨਾਂ ਭਰਾਵਾਂ ਨਾਲ ਕਰਨੀਆਂ ਵੀ ਇਹ ਸਾਰੇ ਭਰਾ ਸਾਡੇ ਇੱਥੇ ਕਿਉਂ ਬੈਠੇ ਨੇ। ਕੁਛ ਭਰਾ ਤਾਂ ਸਾਡੇ ਵਿਚਾਰੇ ਤੁਸੀਂ ਇਹ ਵੇਖ ਲਓ ਦਰਿਆਂ ਤੇ ਬੈਠੇ ਨੇ ਤੇ ਕੁਛ ਡਲਿਆਂ ਤੇ ਹੀ ਬੈਠੇ ਆ। ਇਹਨੂੰ ਕਹਿੰਦੇ ਨੇ ਮਿਹਨਤ ਕਸ਼ ਲੋਕ। ਉਹ ਵੇਖਿਓ ਆਪਣੀਆਂ ਚੱਪਲਾਂ ਤੇ ਬੈਠੇ ਨੇ ਵਿਚਾਰੇ ਤੇ ਬੜੀ ਮੁਸ਼ਕਲ ਜਿਹੜੀਆਂ ਹਨਾ ਇਹ ਚੀਜ਼ਾਂ ਮਿਲਦੀਆਂ ਨੇ ਵੀ ਆ ਵੇਖ ਲਓ ਇਹ ਸਾਰੇ ਭਰਾ ਜਿਹੜੇ ਬੈਠੇ ਨੇ ਹਨਾ ਤੇ ਮੇਰਾ ਖਿਆਲ ਹੋ ਗਏ ਸ਼ਾਇਦ 2-3 ਦਿਨ ਹੋ ਗਏ ਤੁਹਾਨੂੰ ਬੈਠਿਆਂ ਨੂੰ ਹਨਾ 2-3 ਦਿਨ ਹੋ ਗਏ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਬੈਠਿਆਂ ਨੂੰ ਕਿਉਂਕਿ ਇਹ ਪੱਲੇਦਾਰੀ ਕਰਦੇ ਨੇ, ਲੋਡਿੰਗ ਅਨਲੋਡਿੰਗ ਕਰਨੀ ਹੈ, ਕਿੰਨਾ ਵੇਟ ਜਿਹੜਾ ਮੋਢਿਆਂ ਤੇ ਚੱਕ ਕੇ ਇਹ ਸਾਰਾ ਕੰਮ ਕਰਨਾ ਹੈ। ਪਰ ਮਜਬੂਰੀਆਂ ਕੀ ਹੈ, ਆ ਜਾਓ ਮੇਰੇ ਵੀਰ ਆਪਾਂ ਗੱਲ ਕਰੀਏ। ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਸੁਨੀਲ ਕੁਮਾਰ ਹੈ, ਮੈਂ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦਾ ਵਰਕਰ ਹਾਂ ਤੇ ਸਾਡੀ ਕੋਈ ਮੰਗ ਹੈ ਜੀ ਸਰਕਾਰ ਕੋਲ। ਪਹਿਲਾਂ ਤਾਂ ਸਾਡੇ ਕੋਲ ਮੰਡੀਆਂ ਚੋਂ ਛਪਾਏ ਪਹਿਲਾਂ ਗੋਦਾਮਾਂ ਚ ਮਾਲ ਲੱਗਦਾ ਸੀ ਜੀ ਤੇ ਹੁਣ ਸਰਕਾਰ ਨੇ ਕੀ ਕੰਮ ਕਰਿਆਗਾ, ਸਿੱਧੀ ਮੰਡੀਆਂ ਚੋਂ ਚੱਕ ਕੇ ਛਪਹਿਲ ਭਰਨੀ ਸ਼ੁਰੂ ਕਰਾਤੀਆਂ। ਇਹਦੇ ਨਾਲ ਸਾਡਾ ਬੜਾ ਨੁਕਸਾਨ ਹੈ ਜੀ, ਸਾਡੀ ਰੋਜੀ ਰੋਟੀ ਦੇ ਲੱਤ ਵੱਜੀ ਹੈ। ਅੱਛਾ, ਮਤਲਬ ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਇਹ ਗੋਡਾਊਨਾਂ 'ਚ ਲੈ ਕੇ ਆਉਂਦੇ ਸੀ, ਗੋਡਾਊਨ 'ਚੋਂ ਫਿਰ ਗੱਡੀਆਂ ਭਰੀਆਂ ਜਾਂਦੀਆਂ ਸੀ। ਮਤਲਬ ਤੁਹਾਨੂੰ ਡਬਲ ਕੰਮ ਮਿਲਦਾ ਸੀ? ਡਬਲ ਮਿਲਦਾ ਸੀਗਾ ਜੀ, ਇਸ ਕਰਕੇ ਅਸੀਂ ਵਿਹਲੇ ਹੋ ਗਏ। ਸਰਕਾਰ ਨੇ ਤਾਂ ਸਿੱਧਾ ਕੰਮ ਚਲਾ ਲਿਆ ਆਪਦਾ, ਪਰ ਸਾਨੂੰ ਰੋਜ਼ਗਾਰ ਸਾਡਾ ਖੋਇਆ ਗਿਆ। ਇਸੇ ਕਰਕੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜਿੰਨਾ ਵੀ ਮੰਡੀ 'ਚ ਮਾਲ ਲੱਗਦਾ ਸਟੈਕ ਉਹ ਸਾਰਾ ਪਹਿਲਾਂ ਗੋਦਾਮ 'ਚ ਲਾਇਆ ਜਾਵੇ, ਉਸ ਤੋਂ ਬਾਅਦ ਗੱਡੀਆਂ ਰਾਹੀਂ ਛਪਹਿਲਾ ਭਰੀਆਂ ਜਾਣ। ਇਸ ਨਾਲ ਸਾਡਾ ਵੀ ਰੋਜੀ ਰੋਟੀ ਚੱਲ ਪਊਗੀ ਤੇ ਸਰਕਾਰ ਦਾ ਕੋਈ ਨੁਕਸਾਨ ਨਹੀਂ। ਸਮੇਂ ਆਹੀ ਕਹਿਣਾ ਚਾਹੁੰਦੇ ਜੀ ਅਸੀਂ ਸਰਕਾਰ ਨੂੰ ਬਸ। ਮਤਲਬ ਇਹ ਹੈ ਵੀ ਡਾਇਰੈਕਟ ਜਿਹੜਾ ਉੱਥੋਂ ਮਾਲ ਇਹਨਾਂ ਦੇ ਕਹਿਣ ਮੁਤਾਬਕ ਨਾ ਚੱਕਿਆ ਜਾਵੇ ਤਾਂ ਜੋ ਜਿਹੜੀ ਕਿਉਂਕਿ ਇਹ ਵਿਚਾਰੇ ਮਜ਼ਦੂਰੀ ਕਰਦੇ ਨੇ ਹਨਾ, ਕਿੰਨਾ ਕਿੰਨਾ ਭਾਰ ਪਹਿਲਾਂ ਮੋਢਿਆਂ ਤੇ ਚੱਕਦੇ ਨੇ, ਕਿੰਨੀ ਇੱਕ ਬੋਰੀ ਦਾ ਤੁਹਾਨੂੰ ਲੋਡ ਕਰਨ ਦੇ ਕਿੰਨੇ ਪੈਸੇ ਅੰਦਾਜ਼ਾ ਮਿਲਦਾ? ਸਾਨੂੰ ਉਹੀ 2.5 ਰੁਪਏ ਮਿਲਦਾ ਹੋਊਗਾ ਜੀ। ਬਸ ਜੀ ਬਸ 2.5 ਰੁਪਏ ਚੜਾਉਣ ਦੇ ਤੇ 2.5 ਰੁਪਏ ਹੀ ਲਾਉਣ ਦੇ ਕੇ ਦੋਨੋਂ ਕੰਮਾਂ ਦੇ? ਨਹੀਂ ਜੀ ਨਹੀਂ, ਚੜਾਉਣ ਦੇ ਅੱਡ ਤੇ ਲਾਉਣ ਦੇ ਅੱਡ। ਚਲੋ ਫੇਰ ਸ਼ੁਕਰ ਹੈ ਵੀ ਇੰਨੀ ਕੁ ਤਾਂ ਸੁਣਵਾਈ ਹੈਗੀ ਵੀ 5 ਰੁਪਏ ਹਨਾ। ਪਰ ਇੱਕ ਟਰੱਕ ਦੇ ਵਿੱਚ ਆਪਾਂ ਕਿੰਨੀਆਂ ਕੁ ਗੱਡੀਆਂ ਜਿਹੜੀ ਆ ਬੋਰੀਆਂ ਵੈਸੇ ਲੋਡ ਕਰਦੇ ਅੰਦਾਜ਼ਨ? 360 ਘਟਾਈ 360। ਹਾਂਜੀ ਹਾਂਜੀ। ਕਿੰਨੇ ਜਾਣੇ? 12 ਬੰਦੇ ਨੇ, 13 ਵੀ ਹੁੰਦੇ ਜੀ। 12-13 ਕਿੰਨੇ ਰੁਪਏ ਪੈਂਦੇ ਨੇ ਫਿਰ ਇੱਕ ਬੰਦੇ ਨੂੰ? ਮਸਾਂ ਹੀ ਬਸ ਲਗਭਗ 500-400 ਮਸਾਂ ਪੈਂਦਾ ਜੀ। ਮਸਾਂ ਹੀ? ਹਾਂਜੀ ਹਾਂਜੀ, ਪੂਰੀ ਮਿਹਨਤ ਕਰਦੇ ਜੀ, ਪੂਰੀ ਮਿਹਨਤ ਕਰਦੇ ਦਿਹਾੜੀ 'ਚੋਂ ਸਾਰੀ ਦਿਹਾੜੀ 'ਚੋਂ ਹੀ 500-700 ਰੁਪਇਆ ਮਸਾਂ ਬਣਦਾ ਜੀ ਸਾਨੂੰ। ਉਹ ਵੀ ਬੜੀ ਮੁਸ਼ਕਲ, ਉਹ ਵੀ ਜ਼ਰੂਰੀ ਨਹੀਂ ਵੀ ਸਾਰਾ ਨਹੀਂ ਮਿਲਦਾ ਹੋਊਗਾ? ਨਹੀਂ ਜੀ ਨਹੀਂ, ਜੇ ਕੰਮ ਚੱਲੂਗਾ ਫੇਰ ਹੀ ਸਾਨੂੰ ਪੈਸੇ ਮਿਲਣਗੇ, ਜੇ ਕੰਮ ਹੀ ਨਾ ਹੋਇਆ ਫਿਰ ਪੈਸੇ ਵੀ ਨਹੀਂ ਗਏ। ਅੱਛਾ, ਆਪਾਂ ਵੈਸੇ ਮੰਨ ਕੇ ਚੱਲੀ ਵੀ ਅਮੂਮਨ ਕਿੰਨੇ ਮਹੀਨੇ ਦੇ ਵਿੱਚ ਕਿੰਨੇ ਦਿਨ ਕੰਮ ਹੁੰਦਾ? ਮਹੀਨੇ ਦੇ ਵਿੱਚ ਬਸ ਸੀਜ਼ਨ 20 ਦਿਨਾਂ ਦਾ ਹੀ ਹੁੰਦਾ ਜੀ। ਬਾਕੀ ਦਿਨ ਫਿਰ ਕਿਵੇਂ ਰੋਟੀ ਖਾਂਦੇ? ਬਸ ਆਹੀ ਸਪੈਸ਼ਲ ਪੁੱਛਣਾ, ਜਿਵੇਂ ਮੰਨ ਲਓ ਨਿਕਲ ਗਈਆਂ ਜੀ, ਬਸ ਉਹੀ ਰੋਜ਼ੀ ਰੋਟੀ ਚੱਲੀ। ਸੋ ਇਸ ਕਰਕੇ ਇਹ ਵੀਰ ਜਿਹੜੇ ਨੇ ਆ ਸਾਰੇ ਜਣੇ ਇੱਥੇ ਬੈਠੇ, ਆਪ ਵੇਖ ਲਓ ਤੁਸੀਂ, ਇਹ ਉਹ ਭਰਾ ਨੇ ਜਿਹੜੇ ਸਾਡੇ ਮਿਹਨਤੀ ਨੇ ਆਪਣੇ ਮੋਢਿਆਂ ਤੇ ਪਿੱਠਾਂ ਦੇ ਉੱਤੇ। ਇਹਦਾ ਵੀ ਨਾ ਇੱਕ ਉਮਰ ਹੁੰਦੀ ਹੈ ਮਜ਼ਦੂਰੀ ਦੀ ਵੀ, ਵੈਸੇ ਤਾਂ ਹਰ ਚੀਜ਼ ਦੀ ਇੱਕ ਉਮਰ ਹੁੰਦੀ ਹੈ ਤੇ ਜਿਵੇਂ ਜਵਾਨੀ ਥੋੜੀ ਦੇਰ ਹੀ ਆਉਂਦੀ ਹੈ ਤੇ ਬੁਢਾਪੇ ਦੇ ਵਿੱਚ ਫਿਰ ਜਦੋਂ ਐਡੀਆਂ ਬੋਰੀਆਂ ਵੀ ਚੱਕਣੀਆਂ ਪੈਣ, ਉਹ ਵੀ ਫਿਰ ਪੈਸੇ ਨਾ ਮਿਲਣ ਤੇ ਫਿਰ ਬੰਦੇ ਨੂੰ ਕੰਮ ਤੋਂ ਪਾਸੇ ਲਾਂਭੇ ਕਰ ਦਿੱਤਾ ਜਾਵੇ, ਫਿਰ ਦਿੱਕਤ ਹੋਤਾ ਹੈ ਸਰ। ਗਰੀਬ ਆਦਮੀ ਹੈ, ਮਜ਼ਦੂਰੀ ਨਹੀਂ ਕਰੇਂਗੇ ਤਾਂ ਕਿਆ ਖਾਏਂਗੇ? ਜਵਾਨੀ ਚ ਤਾਂ ਚੱਕ ਲੈਂਦੇ ਹੋਵੋਗੇ ਇੱਕ ਗੱਟਾ ਹਨਾ, ਬੋਰੀ ਚੱਕ ਲੈਂਦੇ ਹੋਵੋਗੇ, ਹੁਣ ਬੁਢਾਪੇ ਚ ਚੱਕਣੀ ਥੋੜੀ ਔਖੀ। ਬੁਢਾਪਾ ਮੈਂ ਬਹੁਤ ਔਖਾ ਹੋ ਰਿਹਾ ਹੈ, ਬੱਚਾ ਤੋਂ ਪਾਲਣਾ ਹੈ ਕਿਸੇ ਤਰ੍ਹਾਂ, ਫਿਰ ਵੀ ਕੰਮ ਕਰਨਾ ਚਾਹੁੰਦੇ? ਫਿਰ ਵੀ ਕੰਮ ਕਰਨ ਕੇ ਲਈ ਚਾਹਤੇ ਹੈ। ਫਿਰ ਵੀ ਹੁਣ ਤੁਸੀਂ ਕਹਿੰਦੇ ਵੀ ਸਰਕਾਰ ਖਾਣ ਨਹੀਂ ਦਿੰਦੀ? ਫਿਰ ਵੀ ਮਤਲਬ ਚਾਹਤਾ ਹੈ ਸਰਕਾਰ ਕੇ ਭੁੱਖਾ ਰੱਖੀਏ। ਇਹ ਹਾਲ ਤੁਸੀਂ ਵੇਖ ਲਓ ਵੀ ਇਹ ਸਾਰੇ ਜਣੇ ਇਹ ਚਾਹੁੰਦੇ ਨੇ ਵੀਰ ਮੇਰੇ ਕਿ
कि इसे करके इन्होंने तुसी इसे करके सरदार जी इधरले पासे आ जाओ आपां करिए गल इसे करके सारे भरा जिहड़े ने बैठे ने धरने। हाँ जी सर। की नाम तुहाडा? पप्पी सिंह जी। पप्पी जी तुसी किन्ने सालां तों पल्लेदारी करदे आ रहे? सानू जी 23 साल हो गए। काम होर आउंदा भी होना नहीं? ना जी होर कोई काम नहीं, इसे ते डिपेंड है सारा काम, घर दा खर्चा जो भी हैगा। सरकारां देखो हुण तुसी मारी जांदियां किहड़े लोट, जिहड़ा माल सीगा सारा मंडियां चों सिद्धा लोड कराउण लग गई सरकार। जिहड़ा साडा मतलब जे पहला स्टैक होके लगता सीगा जी, वह सानू डबल मेहनत मिलती सी, हुण सिंगल वह मंडियां वाले भर दिंदे जी, टेसन वाले ला लैंदे जी, असीं तां जमी खत्म ही है जी। ਮਤਲਬ ਜਿਹੜੀਆਂ ਸਾਡੀਆਂ ਸਕਿਉਰਟੀਆਂ ਵਗੈਰਾ ਭਰਿਆਗਾ ਸਭ ਖਤਮ ਹੈ ਕੰਮ। ਤੁਹਾਡਾ ਮਸਲਾ ਹੈ ਵੀ ਠਣ ਠਣ ਗੋਪਾਲ ਹੋ ਗਏ ਹੋਣਾ? ਠਣ ਠਣ ਗੋਪਾਲ ਹੀ ਹੈ ਜੀ ਬਸ, ਇਹੀ ਸਮਝੋ ਤੁਸੀਂ। ਕਿੰਨੇ ਲੋਕ ਅੰਦਾਜ਼ਨ ਆਪਾਂ ਬਠਿੰਡੇ ਦੀ ਜੇ ਗੱਲ ਕਰੀਏ ਤਾਂ ਕਿੰਨੇ ਲੋਕ? ਇਕੱਲੇ ਬਠਿੰਡੇ ਜੀ? ਇਕੱਲੇ ਬਠਿੰਡੇ 300 ਬੰਦਾ ਜੀ ਸਾਡਾ। 300 ਬੰਦਾ? ਹੁਣ ਇਹ ਇਸ ਗੱਲ ਲਈ ਇਹ ਲਾਚਾਰ ਹੋਇਆ ਬੈਠਾ ਵੀ ਯਾਰ ਤੁਸੀਂ ਜਿਹੜਾ ਪਹਿਲਾਂ ਗਰਾਊਂਡ ਦੇ ਵਿੱਚ ਲੈ ਕੇ ਆਉਂਦੇ ਸੀਗੇ, ਫਿਰ ਉਹ ਸਾਨੂੰ ਲੋਡਿੰਗ ਅਨਲੋਡਿੰਗ ਮਿਲਦੀ ਸੀ, ਡਾਇਰੈਕਟ ਮੰਡੀ ਚੋਂ ਭਰਵਾਉਣਾ ਸ਼ੁਰੂ ਕਰਤਾ, ਉਹ ਲੇਬਰ ਫਿਰ ਕਿੱਥੋਂ ਲੈ ਕੇ ਆਉਂਦੇ ਨੇ? ਉਹ ਲੇਬਰ ਤਾਂ ਜੀ ਆੜਤੀ ਦੀ ਲੇਬਰ ਹੈ ਜੀ ਉਹ, ਤੇ ਉਹ ਉਹੀ ਲੋਡ ਕਰਦੀ ਹੈ ਜੀ ਗਾਹਾਂ ਜਿਹੜੀ ਮਤਲਬ ਟੇਸ਼ਨ ਤੇ ਹੈਗੀ, ਉਹ ਲੇਬਰ ਹੋਰ ਹੈਗੀ ਉਹ ਲਾਉਂਦੀ ਹੈ ਜੀ। ਤੁਸੀਂ ਲਾਂਭੇ ਕਰਤੇ? ਕੋਈ ਖਤਮ ਸਾਡਾ ਕੋਈ ਲਾਗਾ ਤੇ ਅੱਗੇ ਨਹੀਂ ਉਹਦੇ ਵਿੱਚ ਜੀ, ਮਤਲਬ ਜੀ ਖਤਮ ਹੀ ਕਰਤੇ ਸੀ ਤਾਂ ਮਤਲਬ ਉਹਦੇ ਵਿੱਚ ਤਾਂ ਕੋਈ ਰੋਲ ਹੀ ਨਹੀਂ ਸਾਡਾ। ਇਹਨਾਂ ਨੂੰ ਹੁਣ ਕਰਤਾ ਪਾਸੇ ਵੀ, ਚਲੋ ਜੀ ਕਾਕਾ ਜੀ ਤੁਸੀਂ ਵਜਾਓ ਟੱਲੀਆਂ। ਮਸਲਾ ਤਾਂ ਮੈਨੂੰ ਹੁਣ ਇਹੀ ਲੱਗਦਾ, ਹੁਣ ਆਹ ਨੌਜਵਾਨ ਮੁੰਡੇ ਬੈਠੇ ਨੇ, ਇੱਕ ਪੁੱਤਰ ਕਿੰਨੀ ਦੇਰ ਤੋਂ ਤੁਸੀਂ ਇਹ ਇਸ ਖਿੱਤੇ ਚੋਂ? ਮੈਨੂੰ 9 ਸਾਲ ਹੋ ਗਏ ਜੀ। 9 ਸਾਲ ਹੋ ਗਏ ਬੇਟਾ, ਤੇ ਵੈਸੇ ਪੜ੍ਹੇ ਲਿਖੇ ਵੀ ਹੋਗੇ ਬੜੇ ਨੇ? ਪਲੱਸ ਟੂ ਕਰੀ ਵੀ ਮੇਰੀ। ਪਲੱਸ ਟੂ ਕਰਕੇ ਵੀ ਪੱਲੇਦਾਰੀ ਕਰ ਰਹੇ ਹੋ, ਫਿਰ ਵੀ ਕੰਮ ਨਹੀਂ ਮਿਲਦਾ? ਉਹ ਨੌਕਰੀ ਨਹੀਂ ਕੋਈ ਮਿਲਦੀ ਜੀ। ਤੁਸੀਂ ਬੇਟਾ ਜੀ ਪੁੱਛੋ ਗਲ ਆਪ ਕਿੱਥੋਂ ਹੋ ਤੁਸੀਂ? ਪੁੱਛੋ ਗਲ ਜੀ ਕਿੰਨਾ ਪੜ੍ਹੇ ਹੋ? ਮੈਂ ਤਾਂ 8 ਹੀ ਪੜ੍ਹਿਆ ਜੀ। ਤੁਹਾਡੇ ਚੋਂ ਸਭ ਤੋਂ ਵੱਧ ਕਿਹੜਾ ਪੜਿਆ? ਆਪਾਂ ਤਾਂ ਜਸਟ ਵੈਸੇ ਗੱਲ ਕਰਨੀ ਹੈ। ਕਿੰਨਾ ਕਿੰਨਾ ਪੜਿਆ ਸਣੀ? ਹੁਣ ਤੁਸੀਂ ਇਹ ਵੇਖੋ ਗੱਲ ਆਪਾਂ ਇਹੀ ਕਰਦੇ। ਸਣੀ ਬੇਟਾ ਕਿੰਨਾ ਪੜਿਆ ਤੁਸੀਂ? MSCIT। ਹੈ MSCIT? ਮਜ਼ਾਕ ਤਾਂ ਨਹੀਂ ਕਰ ਰਹੇ ਬੱਚੇ? MTech ਵੀ ਕਰੀ ਜਾਂਦੇ ਨੇ ਤੇ ਪੱਲੇਦਾਰੀ ਕਰਦੇ? ਹਾਂਜੀ ਸਰਕਾਰ ਦੀ ਗਲਤ ਨਹੀਂ। ਆ ਹੁਣ ਆ ਦੇਖ ਲਓ ਮੇਰਾ ਵੀਰ ਹੈ ਨਾਮ ਸਣੀ। ਹਾਂਜੀ ਪੁੱਤਰ ਜੀ ਕਿੰਨੀ ਉਮਰ ਹੈ? 32 ਸਾਲ ਜੀ। 32 ਸਾਲ, ਹੋਰ ਥੋੜੇ ਸਾਲਾਂ ਨੂੰ ਇਹ ਵੀ ਏਜ ਨਿਕਲ ਜਾਣੀ ਹੈ ਸਰਕਾਰੀ ਨੌਕਰੀ ਵਾਲੀ, ਹਨਾ? ਹਾਂਜੀ ਹਾਂ ਜੀ। ਤੇ ਕਰਦੇ ਪੱਲੇਦਾਰੀਆਂ? ਹਾਂਜੀ ਮਜਬੂਰੀ ਹੁੰਦੀ ਜੀ, ਕਰਨੀ ਪੈਂਦੀ ਜੀ, ਕਿਉਂਕਿ ਨੌਕਰੀ ਤਾਂ ਕੋਈ ਦਿੰਦੀ ਨਹੀਂ ਸਰਕਾਰ ਜੀ, ਸਾਰੇ ਪਾਸੇ ਰਿਸ਼ਵਤ ਚੱਲਦੀ ਆ। ਇਹੀ ਆ ਆ ਨਵੀਂ ਸਰਕਾਰ ਬਣਾਈ ਸੀਗੀ, ਇਹਨੇ ਨੇ ਇਦੋਂ ਬੁਰਾ ਹਾਲ ਕਰਤਾ ਜੀ। ਇੱਕ ਵਾਰੀ ਸਣੀ ਮੇਰੀ ਬੇਨਤੀ ਹੈ ਤੁਹਾਨੂੰ, ਆ ਜਿਹੜੇ ਮੇਰੇ ਦਰਸ਼ਕ ਤੁਹਾਨੂੰ ਸੁਣ ਰਹੇ ਆ, ਤੁਸੀਂ ਕਾਇੰਡਲੀ ਆਪਣੀ ਐਜੂਕੇਸ਼ਨ ਦੱਸ ਦਿਓ ਕੀ ਹੈ ਤੇ ਕੰਮ ਤੁਸੀਂ ਕੀ ਕਰ ਰਹੇ ਹੋ? MSCIT ਕਲੀਅਰ ਹੈ ਜੀ ਮੇਰੀ, MTech ਕਰੀ ਜਾਂਦਾ ਜੀ, ਤੇ ਪੱਲੇਦਾਰੀ ਦਾ ਕੰਮ ਕਰਦਾ ਜੀ ਇਸ ਟਾਈਮ। ਪ੍ਰਾਈਵੇਟ ਜੋਬ ਵੀ ਨਹੀਂ ਛੇਤੀ ਮਿਲ ਰਹੀ ਜੀ, ਉਹਦੀ ਵੀ ਸਿਫਾਰਿਸ਼ ਭਾਲਦੇ ਜੀ। ਪੱਲੇਦਾਰੀ ਦੇ ਦਿਨ 'ਚ ਕਿੰਨੇ ਕੁ ਪੈਸੇ ਬਣ ਜਾਂਦੇ ਸੀ? ਦਿਨ ਦਾ 400-500 ਰੁਪਏ ਜੀ, ਉਹ ਵੀ ਡੇਲੀ ਨੇ ਜੀ, ਜਿਸ ਦਿਨ ਆ ਗਏ ਉਸ ਦਿਨ ਕੰਮ ਪੈਸੇ ਬਣ ਜਾਣਗੇ, ਨਹੀਂ ਫ੍ਰੀ ਹੈ ਇਸ ਤੋਂ ਬਾਅਦ। ਨਹੀਂ ਫਿਰ ਕੀ ਕਰੋ? ਫਿਰ ਘਰ ਵਿਹਲੇ ਜੀ ਬਸ। ਕੋਈ ਦੇਖੋ ਬੜੇ ਲੋਕ ਜਿਹੜੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋਣਗੇ ਜਾਂ ਦੇਖਣਗੇ, ਕੀ ਮਹਿਸੂਸ ਕਰਦੇ ਹੋ ਤੁਸੀਂ ਵੀ ਯਾਰ MSCIT ਕੀਤੀ ਹੈ ਬੰਦੇ ਨੇ, MTech ਕਰ ਰਿਹਾ ਔਰ ਨਾਲ ਨਾਲ ਪੱਲੇਦਾਰੀ ਕਰ ਰਿਹਾ, ਔਰ ਪੱਲੇਦਾਰੀ ਵੀ ਤੁਸੀਂ ਇਹ ਵੇਖ ਲਓ ਵੀ ਅੱਜ ਇਹ ਬੰਦਾ ਇੱਥੇ ਧਰਨੇ ਤੇ ਇਹਨਾਂ ਭਰਾਵਾਂ ਦੇ ਸਾਰਿਆਂ ਦੇ ਨਾਲ ਬੈਠਾ ਵੀ ਯਾਰ ਹੁਣ ਸਾਨੂੰ ਇੱਥੋਂ ਦਾ ਰੋਟੀ ਖਾ ਲੈਂਦੇ ਹੋ ਯਾਰ, ਜੌਬ ਨਹੀਂ ਮਿਲੀ, 32 ਸਾਲਾਂ ਦਾ ਹੋ ਗਿਆ, ਵਿਆਹ ਹੋ ਗਿਆ? ਹਾਂਜੀ ਹੋ ਗਿਆ ਜੀ। ਉਹਨਾਂ ਨੇ ਤਾਂ ਇਹ ਕਰਕੇ ਕੀਤਾ ਹੋਣਾ ਵੀ ਲੈ ਵੀ ਮੁੰਡਾ ਤਾਂ MSCIT ਹੈ, ਚੰਗੀ ਨੌਕਰੀ ਲੱਗ ਜੂਗਾ। ਹਾਂਜੀ ਹਾਂ। ਇੱਥੇ ਇੱਥੇ ਬਸ ਧੱਕੇ ਖਵਾਉਂਦੀ ਹੈ ਸਰਕਾਰ, ਧੱਕੇ ਕਰੀ ਜਾਂਦੇ ਚਾਰੇ ਪਾਸੇ ਜੀ। ਪਹਿਲਾਂ ਮੰਡੀਆਂ ਦਾ ਕੰਮ ਸੀ ਸਾਡੇ ਕੋਲ ਲੋਡਿੰਗ ਦਾ, ਉਹ ਇਹਨਾਂ ਨੇ ਹੇਰਾ ਫੇਰੀ ਕਰਕੇ ਉਹ ਖੋਲ੍ਹੇ ਸਾਥੋਂ। ਫਿਰ ਸਪੈਸ਼ਲ ਲੋਡਿੰਗ ਦਾ ਉੱਥੇ ਸੀਗਾ ਪਲੇਟਫਾਰਮ 'ਤੇ, ਉਹ ਵੀ ਇਹਨਾਂ ਨੇ ਖੋਲ੍ਹਿਆ ਜੀ। ਹੁਣ ਇਕੱਲੇ ਆਹੀ ਰਹਿ ਗਿਆ ਸਾਡੇ ਕੋਲ ਸਟੈਕਿੰਗ ਵਾਲਾ, ਇਹ ਵੀ ਖੋਹੀ ਜਾਂਦੇ ਜੀ ਇਸ ਤਰ੍ਹਾਂ ਤੋਂ। ਚਲੋ ਦੇਖੋ ਮੇਰਾ ਕੀ ਕੰਮ ਹੁੰਦਾ ਨਾ, ਮੇਰਾ ਕੰਮ ਇਹੀ ਹੁੰਦਾ ਕਿ ਮੈਂ ਯਾਰ ਤੁਹਾਨੂੰ ਦਿਖਾਵਾਂ ਹੁਣ ਐਡੇ ਪੜ੍ਹੇ ਲਿਖੇ ਨੌਜਵਾਨ ਜਿਹਦੀ MSCIT ਕੀਤੀ ਯਾਰ, ਹਨਾ MTech ਉਹ ਬੰਦਾ ਕਰ ਰਿਹਾ ਤੇ ਫਿਰ ਵੀ ਪੱਲੇਦਾਰੀ ਕਰਕੇ ਰੋਟੀ ਕਮਾ ਰਿਹਾ, ਬਿਕਾਜ਼ ਪ੍ਰਾਈਵੇਟ ਜੌਬ ਨਹੀਂ ਮਿਲਦੀ ਉੱਥੇ ਵੀ, ਨੋ ਡਾਊਟ ਉੱਥੇ ਵੀ ਬਹੁਤ ਜਾਨ ਖਾਂਦੇ ਨੇ ਬੰਦੇ, ਹਨਾ 12-12 ਘੰਟੇ ਕੰਮ ਤੇ ਉਹ ਆਪਾਂ ਨੂੰ ਸਾਰਾ ਪਤਾ ਨਾ, ਤਨਖਾਹਾਂ ਕੋਈ ਖਾਸ ਨਹੀਂ ਮਿਲਦੀਆਂ।
ਪਰ ਇਹ ਲੋਕ ਇੱਕ ਵਾਰੀ ਫੇਰ ਆ ਸਾਰੇ ਜਣੇ ਕਿੱਥੋਂ ਕਿੱਥੋਂ ਦੇ ਨੇ, ਇੱਕ ਉਹ ਬੈਠੇ ਨੇ ਸਾਡੇ ਵੀਰ, ਉਹ ਬੈਨਰ ਦੂਜਾ ਉਹ ਵੀ ਦੇਖ ਲਓ ਕਿਹੜਾ। ਅੱਛਾ ਇਹ ਵੀ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਬਠਿੰਡਾ ਇੰਟਕ, ਇਹ ਵੀ 37 ਨੰਬਰ ਵਾਲੀ ਹੈ ਨਾ। ਇਹ ਸਾਰੇ ਲੋਕ ਜਿਹੜੇ ਨੇ ਯਾਰ, ਹੁਣ ਤੁਸੀਂ ਦੇਖੋ ਆਹ ਬਾਈ ਹੁਣੀ ਸਾਡੇ ਬੈਠੇ ਨੇ। ਬਾਈ ਜੀ ਕੀ ਨਾਮ ਤੁਹਾਡਾ? ਜਗਸੀਰ ਸਿੰਘ ਜੀ। ਜਗਸੀਰ ਜੀ ਤੁਸੀਂ ਕਿੱਥੋਂ? ਕੋਟਫਤਿਹ ਤੋਂ ਜੀ। ਕੋਟਫਤਿਹ ਤੋਂ ਹਾਲਾਤ ਤੁਸੀਂ ਸ਼ੁਰੂ ਤੋਂ ਪੱਲੇਦਾਰੀ ਕਰਦੇ ਹੋ ਕਿ ਕਿਵੇਂ? ਨਹੀਂ ਜੀ 20 ਸਾਲ ਹੋ ਗਏ, 2001 ਚ ਲੱਗੇ ਸੀ ਜੀ। ਬਸ ਇਹ ਭੁੱਖ ਮਾਰ ਰਹੀ ਹੈ ਸਰਕਾਰ ਸਾਨੂੰ। ਅੱਗੇ ਸਾਡੇ ਗੋਦਾਮਾਂ 'ਚ ਕਣਕ ਆਉਂਦੀ ਹੁੰਦੀ ਸੀਗੀ, ਅਸੀਂ ਪਹਿਲਾਂ ਲਾਉਂਦੇ ਫਿਰ ਪਹਿਲਾਂ ਭਰਦੇ, ਹੁਣ ਇਹਨਾਂ ਨੇ ਸਿੱਧੀ ਲੋਡ ਕਰਤੀ ਜੀ। ਇਹ ਸਾਡਾ ਡੈਣੀ ਵਰਤ ਵੀ ਚੱਲ ਤੁਸੀਂ ਭੁੱਖੇ ਮਰੋ ਬਸ, ਸਾਰਾ ਕੁਛ ਨਾ ਕੋਈ ਸਾਨੂੰ ਕੋਈ ਮਤਲਬ ਕੋਈ ਉਹ ਆ ਪੈਨਸ਼ਨ ਆ ਨਾ ਕੋਈ ਕੁਛ ਵੀ ਨਹੀਂ ਸਾਨੂੰ ਤਾਂ, ਬਸ ਨਾ ਹੀ ਕੁਛ ਮੰਗੀ ਇਹਨਾਂ ਤੋਂ। ਤੁਸੀਂ ਦੇਖੋ ਪੈਨਸ਼ਨ ਤਾਂ ਹੈ ਉਹ ਵੀ ਨਹੀਂ ਸਕਦੀ ਕਿਉਂਕਿ ਤੁਸੀਂ ਕਿਹੜਾ ਸਰਕਾਰੀ ਮੁਲਾਜ਼ਮ, ਨਾ ਹੀ ਇਹਨਾਂ ਨੂੰ ਕੁਛ ਮੰਗੀ, ਸਾਨੂੰ ਕੰਮ ਹੀ ਨਹੀਂ ਕਰ ਦਿੰਦੇ ਜੀ। ਬਸ ਆਹ ਆਪਦੀ ਰੋਜ਼ੀ ਰੋਟੀ ਵੀ ਪਾਲ ਲੈਂਦੇ ਸੀ, ਬਾਗ ਪਾਲ ਲੈਂਦੇ ਸੀ, ਇਹ ਵੀ ਖੋਲਿਆ ਬਸ ਹੁਣ ਠੈਂ ਠੈਂ ਕੇ ਬਾਲ ਟੁੱਟ ਵਾਲੀ ਗੱਲ। ਤੁਸੀਂ ਆਪਣੇ ਸੀਨੀਅਰ ਅਫਸਰਾਂ ਨਾਲ ਜਾਂ ਠੇਕੇ, ਤੁਸੀਂ ਠੇਕੇਦਾਰ ਦੇ ਥਰੂ ਹੀ ਹੁੰਦੇ ਹੋਵੋਗੇ ਹਮੇਸ਼ਾ? ਹਾਂਜੀ ਹਾਂਜੀ। ਠੇਕੇਦਾਰ ਸਾਹਿਬ ਕੀ ਕਹਿੰਦੇ? ਉਹਨਾਂ ਨੇ ਕੀ ਕਹਿਣਾ, ਉਹ ਤਾਂ ਕਹਿੰਦੇ ਜੀ ਸਰਕਾਰ ਦੀ ਮਰਜ਼ੀ ਹੈ, ਕਿੱਧਰ ਜਾਂਦੀ ਹੈ ਜਾਣ ਦੇ ਫਿਰ। ਉਹਨਾਂ ਦੇ ਵੀ ਬਸ ਕੁਛ ਨਹੀਂ, ਪਰ ਚਲੋ ਦੇਖੋ ਮੇਰਾ ਮਕਸਦ ਇਹ ਸੀ ਕਿ ਮੈਂ ਯਾਰ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿਆਂ ਵੀ ਆਹ ਮੇਰੇ ਜਿਹੜੇ ਵੀਰ ਨੇ ਇਹ ਬੈਠੇ ਨੇ ਧਰਨੇ ਤੇ, ਇਹਨਾਂ ਦੀ ਇਹ ਡਿਮਾਂਡ ਹੈ। ਸਨੀ ਹੁਣ ਤੁਹਾਡੀ ਲਾਸਟ ਡਿਮਾਂਡ ਕੀ ਹੈ, ਫਸਟ ਔਰ ਲਾਸਟ ਕਹਿ ਲਈਏ ਆਪਾਂ, ਮਿਲਦਾ ਇਹੀ ਹੋਣਾ, ਕੀ ਚਾਹੁੰਦੇ? ਕਿਉਂ ਜੀ ਬਸ ਵੀ ਸਾਨੂੰ ਆਪਦਾ ਕੰਮ ਸਹੀ ਤਰੀਕੇ ਨਾਲ ਮਿਲੀ ਜਾਵੇ, ਸਾਡੇ ਤਾਂ ਲੇਬਰ ਹੀ ਮਿਲੀ ਜਾਵੇ ਜੀ ਬਹੁਤ ਇੰਨਾ, ਜਿੰਨਾ ਬੱਚੇ ਪਾਲ ਲਈਏ। ਹਾਂਜੀ ਹਾਂ ਆਪਦੇ ਬੱਚੇ ਪਾਲ ਲਈਏ ਜੀ। ਨੌਕਰੀ ਤਾਂ ਹੁਣ ਤੁਹਾਨੂੰ ਪਤਾ ਦਿੰਦੀ ਨਹੀਂ ਸਰਕਾਰ, ਅਸੀਂ ਨਵੀਂ ਸਰਕਾਰ ਵਾਸਤੇ ਬਹੁਤ ਕੁਛ ਕੀਤਾ ਸੀ, ਨਾਲ ਵੀ ਜੀ ਗਏ ਇਹਨਾਂ ਦੇ ਵੀ ਇਹ ਕੁਛ ਕਰੂਗੀ, ਇਹਨਾਂ ਨੇ ਇਹਦੋਂ ਵੱਧ ਕਰਪਸ਼ਨ ਕਰਤਾ, ਨਾਲੇ ਨਸ਼ਾ ਵਧਾਤਾ, ਨਾਲੇ ਕੰਮ ਕਰੀ ਜਾਂਦੇ ਆ। ਮਤਲਬ ਤੁਸੀਂ ਤੁਸੀਂ ਸਨੀ ਤੁਸੀਂ ਪੜ੍ਹੇ ਲਿਖੇ ਹੋ ਨਾ, ਹੁਣ ਚਲੋ ਇਹ ਇਹਨਾਂ 'ਚ ਬਹੁਤ ਜਣੇ ਹੋਰ ਵੀ ਹੋਣਗੇ ਜਿਹੜੇ ਦਸਵੀਂ ਪਲੱਸ ਟੂ ਬੇਟਾ ਹੋਣਗੇ ਤੁਹਾਡੇ 'ਚੋਂ ਬੜੇ ਜਣੇ ਦਸਵੀਂ ਪਲੱਸ ਟੂ ਵਾਲੇ ਸਾਰੇ, ਹਨਾ? ਤੇ ਹਾਂ ਤੁਹਾਡਾ ਕੀ ਬੇਟਾ ਨਾਮ? ਮੈਂ ਪਲੱਸ ਟੂ ਪੁੱਛੋ ਕਲਾਂ ਤੋਂ ਕੀਤੀ ਆ, ਮੈਂ ਬੀ ਏ ਟੀਪੜੀ ਮਾਲਵਾ ਕਾਲਜ ਰਾਮਪੁਰਾ ਫੁੱਲ ਕੀਤੀ ਆ। ਪੱਲੇਦਾਰੀ ਕਦੋਂ ਤੋਂ ਕਰ ਰਹੇ ਬੇਟੇ? ਪੱਲੇਦਾਰੀ ਜੀ ਮੈਂ ਪਹਿਲਾਂ ਆਪਦੇ ਫਾਦਰ ਨਾਲ ਆਉਂਦਾ ਹੁੰਦਾ ਸੀਗਾ ਛੁੱਟੀਆਂ ਟਾਈਮ, ਕਿਉਂਕਿ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਸੀਗਾ, ਤਾਂ ਕਰਕੇ ਡੈਡੀ ਵੀ ਗਏ ਜਦੋਂ ਮੈਨੂੰ ਛੁੱਟੀ ਹੁੰਦੀ ਸੀਗੀ ਤਾਂ ਮੈਂ ਪੱਲੇਦਾਰੀ 'ਚ ਆਉਂਦਾ ਸੀਗਾ। ਉਸ ਟਾਈਮ ਤੋਂ ਮੈਂ ਦੇਖ ਰਿਹਾ ਹਾਂ ਕਿ ਨਵੀਂ ਸਰਕਾਰ ਨੇ ਕਿਸਾਨਾਂ ਲਈ ਬਹੁਤ ਕੁਛ ਕਰਤਾ, ਠੀਕ ਹੈ ਕਹਿ ਰਹੇ ਨੌਕਰੀਆਂ ਬਹੁਤ ਕੱਢਤੀਆਂ, ਪਰ ਇੱਕ ਮਜ਼ਦੂਰ ਦੀ ਦਿਹਾੜੀ ਨਹੀਂ ਵਧਾਈ ਉਹਨਾਂ ਨੇ, ਦਿਹਾੜੀ ਸਿਰਫ 300 350 ਠੀਕ ਹੈ ਇਹ ਚੱਲ ਰਹੀ ਆ। ਉਹ ਤਾਂ ਦੇਖਿਆ ਚਲੋ ਕੋਈ ਨਹੀਂ ਮਿਹਨਤ ਕਰਾਂਗੇ, ਮਾਂ ਪਿਓ ਵੀ ਇਹ ਕਹਿੰਦੇ ਸੀ ਕੋਈ ਨਹੀਂ ਪੁੱਤ ਕੰਮ ਕਰ ਨੌਕਰੀ ਵੀ ਮਿਲ ਜੂਗੀ, ਪਰ ਨੌਕਰੀ ਦੀ ਕੋਈ ਆਸ ਨਹੀਂ। ਤੁਹਾਡੇ ਪਾਪਾ ਵੀ ਪਹਿਲਾਂ ਪੱਲੇਦਾਰੀ ਕਰਦੇ ਤੁਹਾਡੇ ਸਨੀ? ਉਹ ਮਜ਼ਦੂਰੀ ਕਰਦੇ, ਆਟੋ ਰਿਕਸ਼ਾ ਚਲਾਉਂਦੇ। ਆਟੋ ਰਿਕਸ਼ਾ ਹੁਣ ਵੀ ਚਲਾਉਂਦੇ? ਹਾਂਜੀ ਹਾਂ। ਤੁਸੀਂ ਇਹ ਦੇਖੋ ਯਾਰ ਵੀ ਪਹਿਲਾਂ ਤਾਂ ਕਿੱਡੇ ਮਾਣ ਦੀ ਗੱਲ ਹੈ ਵੀ ਇਹਦੇ ਫਾਦਰ ਸਾਹਿਬ ਸਨੀ ਦੇ ਫਾਦਰ ਸਾਹਿਬ ਆਟੋ ਚਲਾਉਂਦੇ ਨੇ, ਇਹਦੇ ਬੇਟਾ ਸਨੀ ਨਾਮ ਸੁਖਪਾਲ, ਇਹਨਾਂ ਦੇ ਫਾਦਰ ਸਾਹਿਬ ਹੈ ਜਿਹੜੇ ਉਹ ਪੱਲੇਦਾਰੀ ਕਰਦੇ ਸੀਗੇ, ਹੈ ਨਾ। ਪੱਲੇਦਾਰੀ ਕਰਦਿਆਂ ਹੋਇਆਂ ਆਟੋ ਚਲਾਉਂਦੇ ਹੋਇਆਂ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਹੈ, ਹੈ ਨਾ, ਔਰ ਉਹ ਐਜੂਕੇਸ਼ਨ ਤੁਸੀਂ ਮੈਨੂੰ ਦੱਸੋ ਬੇਟਾ ਤੁਹਾਡੇ ਕਿਤੇ ਕੰਮ ਆਈ? ਨਹੀਂ ਜੀ ਕਦੇ ਵੀ ਨਹੀਂ ਜੀ, ਪ੍ਰਾਈਵੇਟ ਜੋਬ ਲੈਣੇ ਜਾਂਦੇ ਜੀ, ਉਹ ਵੀ ਸਿਫਾਰਸ਼ ਭਾਲਦੇ ਰਿਸ਼ਵਤ ਭਾਲਦੇ ਜੀ, ਉੱਥੇ ਵੀ ਕੋਈ ਕਮਾਈ ਨਹੀਂ। ਜੇ ਪ੍ਰਾਈਵੇਟ ਵੀ ਕਹਿਣਾ ਤਾਂ 6500 ਰੁਪਇਆ ਲੈ ਲਓ, ਠੀਕ ਹੈ ਜੀ, ਜਿਹਦੇ ਨਾਲ ਕੋਈ ਖਰਚਾ ਵੀ ਨਹੀਂ ਚੱਲਦਾ ਜੀ। ਇਹਦੇ ਨਾਲ ਜਿਹੜੀ ਨੌਜਵਾਨ ਪੀੜ੍ਹੀ ਉਹ ਫਰਸਟ੍ਰੇਟ ਨਹੀਂ ਹੁੰਦੀ? ਬਹੁਤ ਜ਼ਿਆਦਾ ਹੁੰਦੀ ਜੀ, ਫਰਸਟ੍ਰੇਟ ਹੋ ਜਾਂਦੀ ਹੈ ਨਾ, ਬੰਦਾ ਕਹਿੰਦਾ ਕੀ ਕਰੀਏ ਯਾਰ ਕੀ ਨਾ ਕਰੀਏ। ਹਾਂਜੀ ਹਾਂ, ਤਾਂ ਹੀ ਬਾਹਰ ਨੂੰ ਭੱਜਦੇ ਜੀ ਲੋਕ ਫਿਰ। ਹਾਂਜੀ ਹਾਂ, ਇੱਥੇ ਕੋਈ ਸਹੂਲਤ ਹੀ ਨਹੀਂ, ਜਦੋਂ ਨਾ ਕੋਈ ਬੇਰੁਜ਼ਗਾਰੀ ਭੱਤਾ ਜੀ ਨਾ ਕੁਛ ਹੋਰ ਜੀ। 4 ਸਾਲ ਹੋ ਗਏ ਜੀ ਮੇਰਾ ਬੇਰੁਜ਼ਗਾਰ ਦਫ਼ਤਰ 'ਚ, ਨਾਮ ਦੇ 3 ਰੁਜ਼ਗਾਰ ਦਫ਼ਤਰ 'ਚ, ਕੋਈ ਭੱਤਾ ਨਹੀਂ ਕੁਛ ਨਹੀਂ। ਅੱਛਾ ਉੱਥੇ ਵੀ ਜਿਹੜੇ ਰੋਜ਼ਗਾਰ ਮੇਲੇ ਲੱਗਦੇ ਨੇ ਨਾ, ਮੈਂ ਬੜੇ ਕਵਰ ਕੀਤੇ ਨੇ, ਉੱਥੇ ਵੀ ਜਿਹੜੀਆਂ ਕੰਪਨੀਆਂ ਆਉਂਦੀਆਂ ਨੇ ਨਾ ਉਹ ਲੋਕਲ ਲੈਵਲ ਦੀਆਂ ਜ਼ਿਆਦਾ ਹੁੰਦੀਆਂ, ਹੈ ਨਾ। ਹੁਣ ਕਿਸੇ ਤੁਸੀਂ ਦੁਕਾਨਦਾਰ ਵੱਡੇ ਦੁਕਾਨਦਾਰ ਨੂੰ ਕਹਿ ਦਿਓ ਵੀ ਆ ਜਾ ਵੀ ਇੱਥੇ ਆ ਜਾ, ਹੈ ਨਾ, ਉਹ ਜ਼ਿਆਦਾ ਲੋਕ ਆਉਂਦੇ ਨੇ। ਜੇ ਅਸੀਂ ਕਹੀਏ ਵੀ ਕੰਪਨੀਆਂ ਵੱਡੀਆਂ ਆਉਂਦੀਆਂ ਨੇ, ਉਹ ਉੱਥੇ ਵੀ ਨਹੀਂ ਆਉਂਦੀਆਂ, ਉਹ ਵੀ ਮੈਨੂੰ ਲੱਗਦਾ ਹੁੰਦਾ ਵੀ ਇੱਕ ਫਾਰਮੈਲਿਟੀ ਸੇਕ ਰੋਜ਼ਗਾਰ ਮੇਲੇ ਕਰਦੇ। ਹਾਂਜੀ ਗਏ ਜਿਸ 2 ਵਾਰੀ ਗਏ ਜੀ, ਉਹ ਵੀ ਫਾਰਮੈਲਿਟੀ ਕਰਦੇ ਜੀ ਬਸ। ਚਲੋ ਹੁਣ ਆਪਣੀ ਡਿਮਾਂਡ ਡਿਮਾਂਡ ਆਪਣੀ ਇਹੀ ਜੀ ਬਸ ਵੀ ਸਿੱਧੀਆਂ ਸਪੈਸ਼ਲ ਬੰਦ ਕਰ ਦੇਣਾ, ਜਿਹੜਾ ਸਾਡੇ ਕੋਲੇ ਕੰਮ ਹੈਗਾ ਇਹ ਸਾਡੇ ਕੋਲੇ ਰਹਿ ਜੇ ਜੀ, ਅਦਰਵਾਈਜ਼ ਤਾਂ ਬਸ ਇਹੀ ਹੈ ਜੀ, ਇੰਨੇ ਕਰ ਦੇਣ ਬਹੁਤ ਜੀ, ਹੋਰ ਤਾਂ ਸਾਨੂੰ ਕਿਹਾ ਆਪਦੀ ਰੋਟੀ ਪਾਣੀ ਚੱਲੀ ਜਾਵੇ ਸਾਡਾ ਬਸ ਬਸ ਇਹੀ ਹੈ। ਹਾਂ ਦੇਖੋ ਇਹੀ ਹੈ ਵੀ ਇਹ ਕਰ ਦੇਣ, ਨਹੀਂ ਤਾਂ ਫਿਰ ਮੈਨੂੰ ਲੱਗਦਾ ਫਿਰ ਧਰਨਾ ਤੁਹਾਡਾ ਚੱਲੂਗਾ ਕਿ ਕਦੋਂ ਚੱਕਦੇ? ਹਾਂਜੀ ਹਾਂ ਚੱਲੂਗਾ, ਹੋਰ ਵਧਾਵਾਂਗੇ ਜੀ, ਇਦੋਂ ਵੀ ਸਾਰੀ ਲੇਬਰ ਇਕੱਠੀ ਕਰਾਂਗੇ ਜੀ, ਸਾਰੇ ਪੰਜਾਬ ਦੇ ਜੀ, ਇਦੋਂ ਵੱਡਾ ਉਹ ਕਰਾਂਗੇ ਜੀ ਫਿਰ, ਕਿਉਂਕਿ ਜੇ ਸਰਕਾਰ ਸਾਨੂੰ ਕੁਛ ਦੇ ਨਹੀਂ ਰਹੀ ਜੀ ਫਿਰ ਅਸੀਂ ਕੀ ਉਹ ਇਹਨਾਂ ਤੋਂ ਕਰਾਉਣਾ ਫਿਰ। ਚਲੋ ਇਹ ਹੈ ਵੀ ਇਹ
सारे लोग तुसी इन्हां बच्चों की जुबानी सुन लिया पढ़े लिखे ने परलेदारी करते हैं बड़े वो लोग ने जिहड़े पढ़े लिखे नहीं जिन्हां नूं होर कोई काम भी नहीं आता चलो आप मन के चलीए जिहड़े सालां बाद यही काम करते आए ने ते हुण वो कहिंदे ने भी सानूं यार ऐ ना करो तुसी भी सानूं साडा काम साडे हत्थों ना खोवो सो मेरा काम इन्ना सी कि मैं तुहानूं दस दिया भी वीर इत्थे आ हाल है बाकी दिओ इजाजत सत श्री अकाल।